ਪਿਛਲੇ ਦਿਨੀ ਹੀ ਇੱਕ ਇੰਟਰਵਿਊ ਵਿੱਚ ਪ੍ਰਿਤਪਾਲ ਫਗਵਾੜਾ ਨੇ ਕਿਹਾ ਸੀ ਕਿ ਅਜੇ ਵੱਡੇ ਵੱਡਿਆਂ ਦੇ ਭਲੇਖੇ ਕੱਢਣੇ ਆ। ਹਲੇ ਵਹਿਮ ਲਿਖੇ ਪਏ ਆ, ਕੋਈ ਨਹੀਂ ਕੱਢਾਂਗੇ। ਵਾਕਿਆ ਹੀ ਪ੍ਰਿਤਪਾਲ ਫਗਵਾੜਾ ਨੇ ਵੱਡੇ ਵੱਡਿਆਂ ਦੇ ਭਲੇਖੇ ਕੱਢ ਦਿੱਤੇ ਨੇ। ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭਲੇਖਾ, ਰੋਲ ਦਿੱਤੇ ਤੇ ਅਸੀਂ ਖਰੇ ਤੋਂ ਖਰੇ। ਸਾਡੇ ਬਾਰੇ ਦਿਲ ਵਿੱਚ ਕਿ ਜ਼ੋਰ ਤੇ ਜਵਾਨੀ ਦਾ ਕੋਈ ਮਾਣ ਨਾ ਕਰੇ, ਬਗਾਨੇ ਪੁੱਤ ਹੁੰਦੇ ਕਹਿੰਦੇ ਪਰੇ ਤੋਂ ਪਰੇ। ਸਾਡੇ ਬਾਰੇ ਰੱਖੀ ਨਾ ਤੂੰ ਦਿਲ 'ਚ ਭਲੇਖਾ, ਰੋਲ ਦਿੱਤੇ ਅਸੀਂ ਕਹਿੰਦੇ ਖਰੇ ਤੋਂ ਖਰੇ। ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭਲੇਖਾ, ਰੋਲ ਦਿੱਤੇ ਅਸੀਂ ਖਰੇ ਤੋਂ ਖਰੇ। ਸਾਡੇ ਬਾਰੇ ਦਿਲ ਕਿ ਜ਼ੋਰ ਤੇ ਜਵਾਨੀ ਦਾ ਕੋਈ ਮਾਣ ਨਾ ਕਰੇ, ਬਗਾਨੇ ਪੁੱਤ ਹੁੰਦੇ ਕਹਿੰਦੇ ਪਰੇ ਤੋਂ ਪਰੇ। ਸਾਡੇ ਬਾਰੇ ਰੱਖੀ ਨਾ ਤੂੰ ਦਿਲ 'ਚ ਭਲੇਖਾ, ਰੋਲ ਦਿੱਤੇ ਅਸੀਂ ਕਹਿੰਦੇ ਖਰੇ ਤੋਂ ਖਰੇ। ਪ੍ਰਿਤਪਾਲ ਫਗਵਾੜਾ ਨੇ ਆਪਣੀ ਸਖ਼ਤ ਮਿਹਨਤ ਨਾਲ ਦਿਖਾ ਦਿੱਤਾ ਹੈ ਕਿ ਘੱਟ ਉਮਰ ਵਿੱਚ ਵੀ ਪਹਿਲੇ ਨੰਬਰ ਦਾ ਪਹਿਲਵਾਨ ਬਣਿਆ ਜਾ ਸਕਦਾ ਹੈ। ਪ੍ਰਿਤਪਾਲ ਫਗਵਾੜਾ ਕੁਸ਼ਤੀ ਨੂੰ ਆਰ ਪਾਰ ਕਰਨ ਵਿੱਚ ਹੀ ਵਿਸ਼ਵਾਸ ਕਰਦਾ ਹੈ, ਇਸ ਕਾਰਨ ਹਰ ਕੋਈ ਪ੍ਰਿਤਪਾਲ ਫਗਵਾੜਾ ਦੀ ਕੁਸ਼ਤੀ ਦੇਖਣਾ ਪਸੰਦ ਕਰਦਾ ਹੈ। 2021 ਦਾ ਕੁਸ਼ਤੀਆਂ ਦਾ ਸੀਜ਼ਨ ਪ੍ਰਿਤਪਾਲ ਫਗਵਾੜਾ ਦੇ ਨਾਮ ਹੀ ਰਿਹਾ। ਝੰਡੀ ਦੀ ਕੁਸ਼ਤੀਆਂ ਵਿੱਚ ਇਸ ਮੱਲ ਨੇ ਪੰਜਾਬ, ਹਿਮਾਚਲ ਅਤੇ ਮਹਾਰਾਸ਼ਟਰ ਦੇ ਚੋਟੀ ਦੇ ਪਹਿਲਵਾਨਾਂ ਨੂੰ ਚਿੱਤ ਕਰਕੇ ਦਿਖਾ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਪ੍ਰਿਤਪਾਲ ਫਗਵਾੜਾ ਦਾ ਹੀ ਹੋਵੇਗਾ। ਹੁਣ ਪ੍ਰਿਤਪਾਲ ਫਗਵਾੜਾ ਜਿਮ ਵੇਟ ਟ੍ਰੇਨਿੰਗ ਦੇ ਨਾਲ ਦੇਸੀ ਵਰਕਆਊਟ ਵੀ ਕਰਦੇ ਨੇ। ਪ੍ਰਿਤਪਾਲ ਫਗਵਾੜਾ ਨੇ ਦੱਸਿਆ ਕਿ ਇਸ ਵਾਰ ਮੈਂ ਬਹੁਤ ਸਖ਼ਤ ਮਿਹਨਤ ਕੀਤੀ ਹੈ, ਜਿਸ ਦਾ ਨਤੀਜਾ ਆਪਣੇ ਸਭ ਦੇ ਸਾਹਮਣੇ ਹੈ। ਪ੍ਰਿਤਪਾਲ ਫਗਵਾੜਾ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਇਹਨਾਂ ਦੇ ਪਰਿਵਾਰ ਦਾ ਬਹੁਤ ਯੋਗਦਾਨ ਹੈ। ਜੇਕਰ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ, ਇਹਨਾਂ ਦੇ ਪਿਤਾ ਦਾ ਨਾਮ ਛਿੰਦਰਪਾਲ ਅਤੇ ਮਾਤਾ ਦਾ ਨਾਮ ਚਰਨਜੀਤ ਕੌਰ ਹੈ। ਇਹਨਾਂ ਦਾ ਵੱਡਾ ਭਰਾ ਨਵਜੋਤ ਸਿੰਘ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ ਅਤੇ ਇਹਨਾਂ ਦੀ ਵੱਡੀ ਭੈਣ ਦਾ ਨਾਮ ਨਵਦੀਪ ਕੌਰ ਹੈ। ਇਹਨਾਂ ਦੇ ਕੋਚ ਦਾ ਨਾਮ ਹਰਜਿੰਦਰ ਢਿੱਲੋਂ ਹੈ। ਪ੍ਰਿਤਪਾਲ ਫਗਵਾੜਾ ਦੇ ਮਾਮਾ ਜੀ ਬਲਵੀਰ ਦੋਦਰ ਵੀ ਆਪਣੇ ਸਮੇਂ ਦੇ ਵਧੀਆ ਪਹਿਲਵਾਨ ਰਹੇ ਨੇ ਅਤੇ ਅਕਸਰ ਪ੍ਰਿਤਪਾਲ ਫਗਵਾੜਾ ਬਚਪਨ ਵਿੱਚ ਹੀ ਉਹਨਾਂ ਨਾਲ ਕੁਸ਼ਤੀ ਦੰਗਲ ਵਿੱਚ ਜਾਣ ਲੱਗ ਪਿਆ ਸੀ। ਸਾਲ 2016-17 ਵਿੱਚ ਪ੍ਰਿਤਪਾਲ ਫਗਵਾੜਾ ਨੇ ਕੁਸ਼ਤੀ ਦੀ ਪੂਰੀ ਟ੍ਰੇਨਿੰਗ ਲੈ ਕੇ ਅਖਾੜਿਆਂ ਵਿੱਚ ਘੁਲਣਾ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਪ੍ਰਿਤਪਾਲ ਫਗਵਾੜਾ 2 ਜਾਂ 3 ਨੰਬਰ ਦੀ ਝੰਡੀ ਦੀ ਕੁਸ਼ਤੀ ਵਿੱਚ ਘੁਲਿਆ ਕਰਦਾ ਸੀ, ਪਰ ਆਪਣੀ ਸਖ਼ਤ ਮਿਹਨਤ ਨਾਲ ਅਤੇ ਜਿੱਤਣ ਦੀ ਜਿੱਦ ਕਾਰਨ ਇਹ ਪਹਿਲਵਾਨ ਬੜੀ ਤੇਜ਼ੀ ਨਾਲ 1 ਨੰਬਰ ਦੀ ਕੁਸ਼ਤੀ ਵੱਲ ਵਧਿਆ। ਪ੍ਰਿਤਪਾਲ ਫਗਵਾੜਾ ਨੇ ਪਹਿਲੀ 1 ਨੰਬਰ ਦੀ ਝੰਡੀ ਦੀ ਕੁਸ਼ਤੀ 2018 ਵਿੱਚ ਬੱਦੀ ਵਿਖੇ ਬੀਨੀਆ ਜੰਮੂ ਨੂੰ ਪੁਆਇੰਟਾਂ 'ਤੇ ਹਰਾ ਕੇ ਜਿੱਤੀ। ਇਸ ਤਰ੍ਹਾਂ ਕੁਸ਼ਤੀਆਂ ਵਿੱਚ ਪ੍ਰਿਤਪਾਲ ਫਗਵਾੜਾ ਦੀ ਪੂਰੀ ਚਰਚਾ ਹੋ ਗਈ। ਇਸ ਤਰ੍ਹਾਂ ਦੰਗਲਾਂ ਵਿੱਚ ਜਿੱਤਾਂ ਦਾ ਸਿਲਸਿਲਾ ਸ਼ੁਰੂ ਹੋਇਆ। ਪ੍ਰਿਤਪਾਲ ਫਗਵਾੜਾ ਨੇ ਬਹੁਤ ਸਾਰੇ ਇਨਾਮ ਹਾਸਿਲ ਕੀਤੇ ਹਨ, ਜਿਸ ਵਿੱਚ ਕਾਰਾਂ, ਜੀਪਾਂ, ਮੋਟਰਸਾਈਕਲ, ਬੁਲਟ ਮੋਟਰਸਾਈਕਲ, ਘੋੜੀਆਂ, ਝੋਟੀਆਂ ਅਤੇ ਹੋਰ ਸੋਨੇ ਦੇ ਕੜੇ, ਮੁੰਦਰੀਆਂ ਅਤੇ ਹੋਰ ਬਹੁਤ ਸਾਰੇ ਸਨਮਾਨ ਹਾਸਿਲ ਕੀਤੇ ਹਨ। ਸਾਲ 2019 ਵਿੱਚ ਅਨੰਦਪੁਰ ਸਾਹਿਬ ਵਿਖੇ ਇਹਨਾਂ ਨੇ ਪੰਜਾਬ ਕੇਸਰੀ ਦਾ ਟਾਈਟਲ ਆਪਣੇ ਨਾਮ ਕੀਤਾ। ਪ੍ਰਿਤਪਾਲ ਫਗਵਾੜਾ ਆਪਣੀ ਸਟਾਈਲਿਸ਼ ਲੁੱਕ ਅਤੇ ਕੱਪੜਿਆਂ ਪ੍ਰਤੀ ਪੂਰਾ ਸੁਚੇਤ ਹੈ। ਉਸਨੂੰ ਬ੍ਰਾਂਡਡ ਕੱਪੜੇ ਪਾਉਣ ਅਤੇ ਕਾਰਾਂ ਚਲਾਉਣ ਦਾ ਸ਼ੌਂਕ ਹੈ। ਜਲਦੀ ਹੀ ਇਹ ਪੰਜਾਬ ਦਾ ਬੱਬਰ ਸ਼ੇਰ, ਪੰਜਾਬ ਹੀ ਨਹੀਂ ਬਲਕਿ ਇੰਡੀਆ ਦਾ ਨੰਬਰ 1 ਖਿਡਾਰੀ ਬਣ ਕੇ ਪੰਜਾਬ ਦਾ ਮਾਣ ਵਧਾਏਗਾ। ਬੜੇ ਬੜੇ ਭਲਵਾਨਾਂ ਨੂੰ ਪਾਲ ਜੂਕੇ ਵਾਲਾ ਗੱਲਾਂ ਲਿਖਦਾ ਏ ਸੱਚੀਆਂ, ਇਹੀ ਮੱਲ ਰੋਕਦਾ ਹੁਣ ਚੜ੍ਹਦੇ ਤੂਫਾਨਾਂ ਨੂੰ, ਇਹੀ ਮੱਲ ਰੋਕਦਾ ਹੁਣ ਚੜ੍ਹਦੇ ਤੂਫਾਨਾਂ ਨੂੰ। ਪ੍ਰਿਤਪਾਲ ਫਗਵਾੜਾ ਚਾੜਦਾ ਏ ਪਾਰਾ, ਰੱਕੜਾਂ ਵਾਲਾ ਪਾਲ ਸਾਡਾ ਇੰਗਲੈਂਡ ਦੇ ਵਿੱਚੋਂ ਲਾਈਵ ਜੁੜਿਆ ਹੋਇਆ, ਕਹਿੰਦੇ ਹਰ ਸਾਲ ਰੱਕੜਾਂ ਢਾਹਾਂ ਦੇ ਵਿੱਚ ਤਕੜਾ ਕੁਸ਼ਤੀ ਦੰਗਲ ਕਰਵਾਉਂਦਾ, ਜਿੱਥੇ ਕਹਿੰਦੇ ਟਰੈਕਟਰ ਦਿੱਤੇ ਜਾਂਦੇ ਆ। ਗਿੰਦੀ ਰੱਤੇਵਾਲ ਅਤੇ ਤੀਰਥ ਰੱਤੇਵਾਲ ਸਾਡੇ ਵੀਰ ਐਲਾਨ ਕਰਦੇ ਆ ਬਈ, ਵਿਸਾਖੀ ਦੇ ਉੱਤੇ ਜਿਹੜਾ ਭੂਰੀਵਾਲ ਮਹਾਰਾਜ ਦੀ ਯਾਦ ਦੇ ਵਿੱਚ ਜਿਹੜਾ ਰੱਤੇਵਾਲ ਦੀ ਧਰਤੀ 'ਤੇ ਤਕੜਾ ਕਬੱਡੀ ਦਾ ਮਹਾਕੁੰਭ ਕਰਵਾਇਆ ਜਾਵੇਗਾ, ਜਿੱਥੇ ਬੈਸਟ ਰੇਡਰ ਜਾਫੀ ਨੂੰ ਬੁਲਟ ਦਿੱਤੇ ਜਾਣਗੇ। ਹਾਂ, ਉੱਧਰ ਬਾਬਾ ਕਾਲੇ ਸ਼ਾਹ ਜੀ, ਟਿੱਬੀ ਸਾਹਿਬ ਕਾਠਗੜ, ਬੱਚਿਆਂ ਨੂੰ, ਭਲਵਾਨਾਂ ਨੂੰ ਆਸ਼ੀਰਵਾਦ ਵੀ ਦਿੰਦੇ ਆ, ਇਹਨਾਂ ਮੱਲਾਂ ਦੀ ਕੁਸ਼ਤੀ ਦਾ ਆਨੰਦ ਵੀ ਮਾਣ ਰਿਹਾ। ਬਾਬਾ ਸਖੀ ਜੀ, ਅਸੀਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਦੀ ਪੋਤੀ ਵੀ ਰੋਜ਼ ਘਈ ਨੇ ਵੀ ਭਲਵਾਨੀ ਦੇ ਖੇਤਰ ਦੇ ਵਿੱਚ ਨਾਂ ਰੋਸ਼ਨ ਕੀਤਾ, ਇਹ ਸਾਰੀ ਮਾਲਕ ਦੀ ਕਿਰਪਾ, ਮਾਲਕ ਦੀ ਮੌਜ ਹੈ। ਦੋ ਕੁਸ਼ਤੀਆਂ ਸਿਰੇ ਦੀਆਂ ਅਖਾੜੇ ਦੇ ਵਿੱਚ ਇਸ ਸਮੇਂ ਚੱਲ ਰਹੀਆਂ,
फुर्ती दी खेड़ है, चुस्ती दी खेड़ है, दुध मक्खणा नाल पाले हुए शरीर है कि दुध मक्खणा नाल पाल जवानी विच खाड़े दे करे पलवानी। उच्चा लम्मा गबरू बलवान लगदा मैनू भाबीए नी मुंडा पलवान लगदा, मैनू भाबीए नी मुंडा पलवान लगदा। कंग साहब की गुट फड़ना तो हर कोई जानदा है, गुट फड़ना हाँ, गुट हर कोई फड़ना जानता है, बिना तकनीक नहीं जफे लाए जाते। कुश्ती जितनी तो एक विच जोर चाहिए, बाज एवें नहीं डौलियां ते बहाए जाते। भजलों वालिया गल जोर दी तां हुंदी जदों जफे बगानियां नाल लाए जाते। आया कहिंदे थाने दा शिंदरपाल दा बेटा ए आ प्रितपाल फगवाड़ा, बलवीर दोधर पहलवान दा भाणजा, जगतपुर जट्टा कहिंदे बिलकुल कहिंदे फगवाड़े दे लागे पिंड है, समय गबरू उपरले पासे है। कहिंदे प्रिंस कोहाली नाल कुश्ती होई 5 तरीक नूं आदरा मान, अज 7 तरीक नूं निग्गी दी धरती दे धर्मेंद्र कोहाली नाल कुश्ती चल रही है। अजे 21-22 साल दी उम्र ए कहिंदे प्रितपाल फगवाड़ा के बीमा बीतिया 21वां साल हो गया, तद काठ वेखो गबरू दा कमाल हो गया, अथरी जवानी कहिंदे चढ़ी जट ते करदा है कुश्ती थापी मार पट ते, करदा है कुश्ती थापी मार पट ते, तारियां मार दे दोनों पहलवानां दे नाते फगवाड़ा ते धर्मेंद्र कहाली। चारे पहलवान सिरे दे मल 181,000 171,000 उधर कहिंदे प्रितपाल फगवाड़े ने पाई हुई सवारी है। ਇੱਧਰ ਗੌਰਵ ਮਾਛੀਵਾੜੇ ਦਾ ਲੱਗਾ ਹੋਇਆ ਪੂਰਾ ਜ਼ੋਰ ਹੈ, ਨਾਲ ਹੀ ਕਹਿੰਦੇ ਦੇਖਦੇ ਕਿ ਗੱਭਰੂ ਕਮਲ ਡੋਂਛੜੀ ਨਾਲ ਕੁਸ਼ਤੀ ਚੱਲ ਰਹੀ ਹੈ। ਉਹ ਦੇਖੋ ਚੜ੍ਹਦੀ ਬਰੇਸ ਵਾਲਾ ਮਾਤਾ ਚਰਨਜੀਤ ਕੌਰ ਦੇ ਦਿਲ ਦਾ ਟੁਕੜਾ, ਥਾਣੇਦਾਰ ਸ਼ਿੰਦਰਪਾਲ ਦਾ ਬੇਟਾ ਪ੍ਰਿਤਪਾਲ ਫਗਵਾੜਾ ਉੱਪਰਲੇ ਪਾਸੇ, ਹੇਠਲੇ ਪਾਸੇ ਗੱਭਰੂ ਨੌਜਵਾਨ ਧਰਮਿੰਦਰ ਕੋਹਾਲੀ। ਹਾਂਜੀ, ਕੰਗ ਸਾਹਿਬ ਉੱਧਰ ਸਾਡੇ ਵੀਰ ਐਲਾਨ ਕਰ ਗਏ ਆ ਵਿਸ਼ੂ ਕੈਨੇਡਾ ਤੇ ਗੌਰਵ ਆਸਟ੍ਰੇਲੀਆ ਜਿਹੜੀ ਕੁਸ਼ਤੀ ਲੜੀ ਜਾ ਰਹੀ ਆ ਪ੍ਰਿਤਪਾਲ ਫਗਵਾੜਾ ਤੇ ਧਰਮਿੰਦਰ ਕਹਾਲੀ ਦੀ। ਅਗਰ ਧਰਮਿੰਦਰ ਕਹਾਲੀ ਜਿੱਤੂਗਾ ਕਹਿੰਦੇ 11,000 ਸਾਡੇ ਵੱਲੋਂ ਦਿੱਤੇ ਜਾਣਗੇ ਵਿਸ਼ੂ ਕੈਨੇਡਾ ਤੇ ਗੌਰਵ ਆਸਟ੍ਰੇਲੀਆ ਐਲਾਨ ਕਰਦੇ ਆ। ਗੌਰਵ ਆਸਟ੍ਰੇਲੀਆ ਤੇ ਵਿਸ਼ੂ ਕੈਨੇਡਾ 11,000 ਲਾਤਾ ਕਹਿੰਦੇ ਜੇ ਧਰਮਿੰਦਰ ਕਹਾਲੀ ਕੋਈ ਕੰਮ ਕਰਕੇ ਦਿਖਾਏ। ਪਰ ਦੇਖੋ ਸਾਹਮਣੇ ਲਾ ਦੇਖੋ ਕੁਛ ਵੀ ਹੋ ਸਕਦਾ, ਕਹਿ ਜੇ ਤਾਂ ਤੀਰ ਕਮਾਨ ਦੇ ਵਿੱਚ, ਪਰ ਮੈਨੂੰ ਲੱਗਦਾ ਕਿ ਕੰਮ ਹੋ ਗਿਆ। ਆ ਦੇਖੋ ਕੁਸ਼ਤੀ ਦਾ ਫੈਸਲਾ ਹੋ ਗਿਆ, ਪ੍ਰਿਤਪਾਲ ਫਗਵਾੜੇ ਪਹਿਲਵਾਨ ਨੇ ਕੁਸ਼ਤੀ ਜਿਹੜੀ ਹੈ ਜਿੱਤ ਲਈ। ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ, ਜ਼ੋਰਦਾਰ ਤਾੜੀਆਂ ਮਾਰ ਦਿਓ ਇੱਕ ਵਾਰੀ। ਨੰਬਰ ਵਿਸ਼ੂ ਕੈਨੇਡਾ ਤੇ ਗੌਰਵ ਆਸਟ੍ਰੇਲੀਆ ਐਲਾਨ ਕਰਦੇ ਆ। ਗੌਰਵ ਆਸਟ੍ਰੇਲੀਆ ਤੇ ਵਿਸ਼ੂ ਕੈਨੇਡਾ 11,000 ਲਾਤਾ ਕਹਿੰਦੇ ਜੇ ਧਰਮਿੰਦਰ ਕੋਹਾਲੀ ਕੋਈ ਕੰਮ ਕਰਕੇ ਦਿਖਾਏ। ਪਰ ਦੇਖੋ ਸਾਹਮਣੇ ਲਾ ਦੇਖੋ ਕੁਛ ਵੀ ਹੋ ਸਕਦਾ, ਕਹਿ ਜੇ ਤਾਂ ਤੀਰ ਕਮਾਨ ਦੇ ਵਿੱਚ, ਪਰ ਮੈਨੂੰ ਲੱਗਦਾ ਕਿ ਕੰਮ ਹੋ ਗਿਆ। ਆ ਦੇਖੋ ਕੁਸ਼ਤੀ ਦਾ ਫੈਸਲਾ ਹੋ ਗਿਆ, ਪ੍ਰਿਤਪਾਲ ਫਗਵਾੜੇ ਪਹਿਲਵਾਨ ਨੇ ਕੁਸ਼ਤੀ ਜਿਹੜੀ ਹੈ ਜਿੱਤ ਲਈ। ਇੱਕ ਵਾਰੀ ਤਾੜੀਆਂ ਮਾਰ ਦੇ ਇੱਕ ਵਾਰੀ ਨੰਬਰ 12 ਜਿੱਤਾਂ ਦੀ ਗੱਲ ਨਹੀਂ ਹੁੰਦੀ, ਗੱਲ ਹੈਗੀ ਹੌਸਲੇ ਦੀ।